ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ 13 ਅਗਸਤ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਸਵੇਰ ਤੋਂ ਅੱਜ ਪੰਜਾਬ ਦੇ ਮੌਸਮ ਵਿੱਚ ਕੀ ਹਲਚਲ ਹੋਵੇਗੀ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਹਵਾਵਾਂ ਦੀ ਹਵਾਵਾਂ ਸਵੇਰ ਦੇ ਸਮੇਂ ਪੰਜਾਬ ਦੇ ਵਿੱਚ ਦੋ ਦਿਸ਼ਾਵਾਂ ਤੋਂ ਚੱਲਦੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਇਲਾਕੇ ਹੋਣਗੇ ਤਾਂ ਉਹਨਾਂ ਦੇ ਵਿੱਚ ਪੱਛਮੀ ਹਵਾਵਾਂ ਸਵੇਰ ਤੋਂ ਚੱਲਣਗੀਆਂ ਜਿਨ੍ਹਾਂ ਦੇ ਨਾਲ ਦੱਖਣੀ ਹਵਾਵਾਂ ਦਾ ਰੁਖ ਵੀ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਜਿਵੇਂ ਲੱਖੇ ਮਾਨਸਾ ਬਠਿੰਡਾ ਬਰਨਾਲਾ ਫਾਜ਼ਿਲਕਾ ਤੋਂ ਫਰੀਦਕੋਟ ਹੋ ਕੇ ਮੋਗੇ ਜ਼ਿਲ੍ਹੇ ਤੱਕ ਦੇ ਭਾਗ ਹੋਗੇ ਇਸ ਤੋਂ ਇਲਾਵਾ ਕੁਝ ਸੰਗਰੂਰ ਤੱਕ ਦੇ ਇਲਾਕੇ ਤਾਂ ਇਹ ਮਤਲਬ ਜੋ ਦੱਖਣ ਪੱਛਮੀ ਇਲਾਕੇ ਨੇ ਇਹਨਾਂ ਵਿੱਚ ਦੱਖਣ ਪੱਛਮੀ ਹਵਾਵਾਂ ਚੱਲਣਗੀਆਂ ਤੇ ਉਸ ਦੇ ਉਲਟ ਜਿਹੜੇ ਇਲਾਕੇ ਮਾਝਾ ਹੋ ਗਿਆ ਦੁਆਬਾ ਖੇਤਰ ਹੋ ਗਿਆ ਅਮਰਸਰ ਤੋਂ ਲੱਗੇ ਗੁਰਦਾਸਪੁਰ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਹੋ ਗਿਆ ਲੁਧਿਆਣਾ ਜ਼ਿਲ੍ਹੇ ਦੇ ਉੱਤਰੀ ਭਾਗ ਹੋਗੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਫਿਲਹਾਲ ਸਵੇਰ ਦੇ ਸਮੇਂ ਉੱਤਰ ਪੂਰਬੀ ਹਵਾਵਾਂ ਹੀ ਚੱਲਦੀਆਂ ਦੇਖਣ ਨੂੰ ਮਿਲਣਗੀਆਂ ਅਗਲੇ 2 ਤੋਂ 4 ਘੰਟਿਆਂ ਤੱਕ ਲਗਭਗ 11-12 ਵਜੇ ਜਣਗੀ ਦੁਪਹਿਰ ਦੇ ਆਸ-ਪਾਸ ਤੋਂ ਪੂਰੇ ਇਸ ਦਰਮਿਆਨ ਤਾਪਮਾਨ ਹੋਵੇਗਾ ਜੋ ਦਿਨ ਦਾ 35 ਤੋਂ ਲੈ ਕੇ 38 ਡਿਗਰੀ ਦੇ ਆਸ-ਪਾਸ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣਿਆ ਰਹੇਗਾ ਤੇ ਬੱਦਲਬਾਈ ਦੇ ਅਸਾਰ ਲਗਭਗ ਨਾ ਮਾਤਰ ਹੋਣਗੇ ਜਿਆਦਾਤਰ ਮੌਸਮ ਪੰਜਾਬ ਦਾ ਸਾਫ਼ ਤੇ ਖੁਸ਼ਕ ਹੀ ਬਣਿਆ ਰਹੂਗਾ ਪਰ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਲਗਾਤਾਰ ਬੱਦਲਬਾਈ ਬਣ ਰਹੀ ਹੈ ਜੋ ਹਿਮਾਚਲ ਦੇ ਇਲਾਕੇ ਪੈਂਦੇ ਨੇ ਸੋ ਜਿਸ ਦੇ ਚਲਦੇ ਜਿਹੜੇ ਪੰਜਾਬ ਦੇ ਉੱਤਰੀ ਇਲਾਕੇ ਹੋਣਗੇ ਉੱਤਰੀ ਤਰਾਈ ਇਲਾਕੇ ਜਿਹਦੇ ਵਿੱਚ ਆਪਾਂ ਗੱਲ ਕਰੀਏ ਪਠਾਨਕੋਟ ਹੋ ਗਿਆ ਉਸ ਤੇ ਹੁਸ਼ਿਆਰਪੁਰ ਹੋ ਗਿਆ ਗੁਰਦਾਸਪੁਰ ਦੇ ਕੁਝ ਭਾਗ ਹੋਗੇ ਇਸ ਤੋਂ ਇਲਾਵਾ ਖਸ਼ੇ ਆਪਣੇ ਕੁਝ ਭਾਗ ਜਲੰਧਰ ਕਪੂਰਥਲਾ ਦੇ ਹੋਗੇ ਲੁਧਿਆਣਾ ਜ਼ਿਲ੍ਹੇ ਦੇ ਕੁਝ ਭਾਗ ਨਮਾ ਸ਼ਹਿਰ ਹੋ ਗਿਆ ਐਸ ਵੀ ਐਸ ਨਗਰ ਹੋ ਗਿਆ ਇਸ ਤੋਂ ਇਲਾਵਾ ਨੰਗਲ ਅਨੰਦਪੁਰ ਸਾਹਿਬ ਦੇ ਇ ਢੀਗੜ ਮੁਹਾਲੀ ਖੈੜ ਜਿਹੜੇ ਇਲਾਕੇ ਨੇ ਦਾ ਇਹਨਾਂ ਇਲਾਕਿਆਂ ਦੇ ਵਿੱਚ ਬਦਲਬਾਈ ਨਾ ਹੋ ਸਕਦਾ ਕਿ اچانک ਥੋੜਾ ਬਹੁਤ ਜਿਦਾ ਮੌਸਮੀ ਹਲਚਲ ਆਪਾਂ ਨੂੰ ਅੱਜ ਲਗਭਗ ਦੁਪਹਿਰ ਦੇ ਆਸ-ਪਾਸ ਤੋਂ ਲੈ ਕੇ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਕਿ ਅੱਜ ਆਪਾਂ ਸਵੇਰ ਦੇ ਸਮੇਂ ਵੀ ਦੇਖਿਆ ਕਿ ਖੈੜ ਮੋਹਾਲੀ ਹੋ ਗਿਆ, ਕੋਰਾਲੀ ਹੋ ਗਿਆ, ਮੋਰਿੰਡਾ ਨੇੜੇ ਇਲਾਕੇ ਪੈਂਦੇ ਨੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਸਵੇਰ ਦੇ ਸਮੇਂ ਜਿਹੜੀਆਂ ਬੁਸ਼ਾਰਾ ਦੇ ਰੂਪ ਵਿੱਚ ਅੱਜ ਮੀਂਹ ਦੇਖਣ ਨੂੰ ਮਿਲਿਆ ਸਵੇਰੇ ਤੜਕੇ ਸਮੇਂ ਤਾਂ ਇਸੇ ਤਰ੍ਹਾਂ ਦੀ ਹਲਚਲ ਹੈ ਜਿਹੜੀ ਆਪਾਂ ਨੂੰ ਅੱਜ ਦੁਪਹਿਰ ਤੋਂ ਬਾਅਦ ਰਾਤ ਤੱਕ ਟੁੱਟਵੇਂ ਰੂਪ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲੂਗੀ। ਤੇ ਬਾਕੀ ਉਹ ਪੰਜਾਬ ਦੇ ਇਲਾਕੇ ਹੋਣਗੇ ਲਗਭਗ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਬਣੇ ਰਹਿਣਗੇ। ਫਿਲਹਾਲ ਕੋਈ ਵੱਡੀ ਮੌਸਮੀ ਹਲਚਲ ਹੋਣ ਦੇ आसार ਨਹੀਂ ਹਨ। ਛੋਟੇ-ਮੋਟੀ ਬੱਦਲੀ ਕੋਈ ਸਿਸਟਮ ਬਣ ਕੇ ਹੋ ਉਹ ਛਾਰਾਂ ਦੇ ਰੂਪ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪਰ ਕੋਈ ਵੱਡੀ ਮੌਸਮੀ ਹਲਚਲ ਹੋਣ ਦੇ ਅਸਾਰ ਨਾ ਮਾਤਰ ਹੋਣਗੇ ਤੇ ਬਾਕੀ ਦੁਪਹਿਰ ਤੋਂ ਬਾਅਦ ਜਿਵੇਂ ਵੀ ਕੋਈ ਜੇਕਰ ਮੌਸਮ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਅਚਾਨਕ ਕਿਸੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਵੜਨਗੇ ਤਾਂ ਉਸ ਦੀ ਵੀ ਅਪਡੇਟ ਆਪਾਂ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰ ਦਵਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਅਪਡੇਟ ਲਈ ਚੈਨਲ ਪੰਜਾਬ ਵਾਦਰ ਨਾਲ ਬਨੇ ਰਹੋ ਧੰਨਵਾਦ ਜੀ